जम्मू कटरा तो माता वैष्णो देवी दर्शन कर वापस दिल्ली जा रहे परिवार का एक औरत समेत कार एक्सीडेंट हो जाने कारण मौत हो गई। दसिया जा रहा है कि कार चला रहे ड्राइवर की पहचान हजे तक नहीं हो सकी है। पुलिस ने कार हादसे का केस दर्ज कर लिया है। कल 11:15 के आसपास सानू कंट्रोल तो इनफॉर्मेशन मिली सी भी उत्थे एक शुगर मिल चौंक से एक एक्सीडेंट होया, जिसे असीं मौके दे उत्ते पहुंचे। वो कार दे विच कुछ 5 जने सीगे, सवार एक लेडी सी, लेडी का नाम शोभना, उहदा मुंडा रिशिव सीगा, ते एक उहनां दा मुंडा सीगा कुणाल, नाल उहनां दा एक रिश्तेदार सीगा पुलकीत, एक नाल ड्राइवर होर सीगा। जदों इह मौके ते गए तां PCR वाले ने असीं असिस्टेंस दे के उहनां नूं सिविल होस्पिटल भेजता, क्योंकि उहनां दे काफ़ी सट्टां लगियां होईयां सी। गड्डी उहनां दी जिहड़ी आ कंप्लीटली डैमेज हुई हुई सी। ਅਤੇ ਜਦੋਂ 2 ਜਣਿਆਂ ਦੀ ਇੱਥੇ ਡੈਥ ਹੋ ਗਈ, ਉਸ ਤੋਂ ਬਾਅਦ ਅਸੀਂ ਤਿੰਨਾਂ ਨੂੰ ਜੌਲ ਹੋਸਪਿਟਲ ਲੈ ਕੇ ਗਏ ਸੀ। ਜੌਲ ਹੋਸਪਿਟਲ 'ਚ 2 ਜਣਿਆਂ ਦੀ ਉੱਥੇ ਵੀ ਡੈਥ ਹੋ ਗਈ ਹੈ। ਜਿਹੜਾ ਡਰਾਈਵਰ ਆ ਉਹਦੇ ਬਾਰੇ ਪਤਾ ਨਹੀਂ ਲੱਗ ਸਕਿਆ, ਕਿਉਂਕਿ ਇਹ ਸਾਰੇ ਬੰਦੇ ਜਿਹੜੇ ਹੋਸ਼ 'ਚ ਨਹੀਂ ਹੈਗੇ। ਅਤੇ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਇਹਨਾਂ ਦੇ ਮੋਬਾਈਲ ਤੋਂ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਤੋਂ, ਉਹਨਾਂ ਦੇ ਬੇਸ ਉੱਤੇ ਜਿਹੜੀ ਅਸੀਂ ਇਹਨਾਂ ਦੀਆਂ ਡਿਟੇਲ ਜਿਹੜੀਆਂ ਹਾਸਲ ਕੀਤੀਆਂ। ਇਹ ਕੁਛ ਦਿੱਲੀ ਵਿਆਹ ਇਹਨਾਂ ਨੇ ਅਟੈਂਡ ਕੀਤਾ ਸੀਗਾ। ਵਿਆਹ ਅਟੈਂਡ ਕਰਨ ਤੋਂ ਬਾਅਦ ਇਹ ਜੰਮੂ ਤੋਂ ਵੈਸ਼ਨੋ ਦੇਵੀ ਮਾਤਾ ਤੋਂ ਮੱਥਾ ਟੇਕ ਕੇ ਵਾਪਸ ਜਾ ਰਹੇ ਸੀਗੇ, ਅਤੇ ਰਸਤੇ ਵਿੱਚ ਇੰਸੀਡੈਂਟ ਹੋਇਆ। ਅਸੀਂ ਹੁਣ ਮੌਕੇ ਦੇ ਉੱਤੇ ਜਿਹੜੀਆਂ CCTV ਫੁਟੇਜ ਹੈਗੀਆਂ ਜਿਹੜੀਆਂ ਉਹ ਚੈੱਕ ਕਰਦੇ ਪਏ ਹਾਂ। ਇੱਦਾਂ ਲੱਗਦਾ ਵੀ ਰਾਤ ਦੇ ਟਾਈਮ ਕੋਈ ਲੰਬੀ ਗੱਡੀ ਜਿਹੜੀ ਹੈ ਜਾਂ ਹੁਸ਼ਿਆਰਪੁਰ ਨੂੰ ਸਾਈਡ ਨੂੰ ਜਾਣ ਵਾਲੀ ਜਿਹੜੀ ਹੈ ਉਹ ਕਿਤੇ ਮੁੜੀ, ਜਿਹਦੇ ਕਰਕੇ ਜਿਹੜਾ ਇਹਨਾਂ ਦਾ ਇਹ ਐਕਸੀਡੈਂਟ ਹੋਇਆ, ਅਤੇ ਜਿਹਦੇ ਕਰਕੇ ਇਹਨਾਂ ਦੀਆਂ 4 ਜਿਹੜੀਆਂ ਇਹ ਕੈਜੂਲਿਟੀਜ਼ ਜਿਹੜੀਆਂ ਹੋਈਆਂ। ਕੋਈ ਮੌਕੇ ਦੇ ਸਾਹਮਣੇ ਨਹੀਂ ਆਇਆ ਵੀ ਕੀ ਕਾਰਨ ਕੀ ਹੋਇਆ ਐਕਸੀਡੈਂਟ, ਕਿਸੇ ਨੇ ਦੱਸਿਆ ਹੋਵੇ ਵੀ ਕਿਹ 'ਚ ਲੱਗੇ ਆ? ਕੋਈ ਸਾਨੂੰ ਤੱਕ ਨਹੀਂ ਪਤਾ ਲੱਗਾ ਹੁਣ ਤੱਕ ਇਸ ਚੀਜ਼ ਬਾਰੇ, ਹਲੇ ਤੱਕ ਕੋਈ ਕਲੂ ਨਹੀਂ ਮਿਲ ਸਕਿਆ। ਬਟ ਫਿਰ ਵੀ ਜੋ ਵੀ ਆ, ਕਿਤੇ ਨਾ ਕਿਤੇ ਜਿਹੜੀ ਜਿਹਦੀ ਵੀ ਨੈਗਲੀਜੈਂਸੀ, ਅਸੀਂ ਉਹਨਾਂ ਦੇ ਖਿਲਾਫ਼ ਜਿਹੜਾ ਆ FIR ਜਿਹੜੀ ਰਜਿਸਟਰਡ ਕਰ ਰਹੇ ਹਾਂ। ਅਤੇ ਇਹਦੇ ਵਿੱਚ ਹੋਰ ਵੀ ਜੇ ਕੋਈ ਕਿਸੇ ਦੀ ਕੋਈ ਪਾਈ ਗਈ, ਜਿਹੜਾ ਮੰਨ ਲਓ ਕਿ ਇੱਥੇ ਨੈਸ਼ਨਲ ਹਾਈਵੇ ਵਾਲਿਆਂ ਦਾ, ਉਹਦੇ 'ਤੇ ਵੀ ਵਿਚਾਰ ਕਰ ਰਹੇ ਹਾਂ। ਕਿ ਲਾਈਟਾਂ ਵਗੈਰਾ ਉੱਥੇ ਦੀਆਂ ਬੰਦ ਹੈ ਭਾਈ, ਜਿਹੜੀਆਂ ਚੱਲਦੀਆਂ ਨਹੀਂ ਹੈਗੀਆਂ? ਇਹ ਰਾਤ ਦੇ ਟਾਈਮ ਜਿਹੜੀਆਂ, ਜਿੱਦਾਂ ਹੁਣ ਕਈ ਵਾਰੀ ਚੱਲ ਵੀ ਪੈਂਦੀਆਂ, ਕਈ ਵਾਰੀ ਨਹੀਂ ਵੀ ਚੱਲਦੀਆਂ। ਅਤੇ ਦੂਸਰੀਆਂ ਜਿਹੜੀਆਂ ਇਹ ਆ, ਕਿਉਂਕਿ ਇੱਥੇ ਪਿਛਲੇ ਪਾਸੇ ਜਿਹੜੀਆਂ ਨਾ, ਕਿਉਂਕਿ ਇਹਦੇ ਜਿਹੜੀਆਂ ਸੇਫਟੀ ਲਾਈਟਸ ਆ, ਜਿਹੜੇ ਸੇਫਟੀ ਮੈਜ਼ਰਮੈਂਟ ਆ, ਜਿਹੜੇ ਜਿਵੇਂ ਅੱਗੇ ਮੋੜ ਆ ਜਾਂ ਕੋਈ ਲਾਈਟਾਂ ਜਾਂ ਡਿਵਾਈਡਰ ਆ ਜਿਹੜਾ, ਕਿਉਂਕਿ ਜਿਹੜਾ ਬੰਦਾ ਬਾਹਰੋਂ ਆਉਂਦਾ ਉਹਨੂੰ ਨਹੀਂ ਪਤਾ ਲੱਗਦਾ, ਕਿਉਂਕਿ ਜਿਹੜੇ ਨੈਸ਼ਨਲ ਹਾਈਵੇ ਦੇ ਉੱਤੇ ਜਿੰਨੇ ਵੀ ਫਲਾਈਓਵਰ ਬਣੇ ਆ, ਉਹਨਾਂ ਦੇ ਵਿੱਚ ਇਹਦਾ ਜਿਹੜੇ ਤੋਂ ਕੱਟ ਹੋਣਗੇ, ਜਿਹੜਾ ਬਾਹਰਲਾ ਡਰਾਈਵਰ, ਜਿਹੜਾ ਲੋਕਲ ਡਰਾਈਵਰ ਹੋਊਗਾ, ਉਹਨੂੰ ਤਾਂ ਪਤਾ ਵੀ ਇਹਨਾਂ ਨੇ ਇਸ ਪਾਸੇ ਨੂੰ ਮੁੜ ਜਾਣਾ, ਉਹਨੂੰ ਇਨਫੋਰਮੇਸ਼ਨ ਕਿੱਦਾਂ ਮਿਲੇਗੀ? ਉਹ ਆਪਣੀ ਸਪੀਡ 'ਤੇ ਆਉਂਦਾ, ਉਸੇ 'ਤੇ ਚਲੇ ਜਾਂਦਾ ਅੱਗੇ। ਵੀ ਕੀ ਮੁਕੱਦਮਾ ਦਰਜ ਕੀਤਾ ਗਿਆ ਹੁਣ ਤੱਕ? ਹਾਲੇ ਤਾਂ ਇਹਦੇ ਖਿਲਾਫ਼ 304A, 279, 337 ਆ, ਜਿਹੜਾ 427 IPC ਜਿਹੜਾ ਉਹ FIR ਰਜਿਸਟਰ ਕਰ ਰਿਹਾ। ਠੀਕ ਹੈ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।